ਖਬਰ ਲੈਂਦੇ ਹਾਂ ਗਿੱਦੜਬਾਹਾ ਤੋਂ, ਜਿੱਥੇ ਕੱਲ ਦੁਪਹਿਰ ਲਗਭਗ 2 ਵਜੇ ਦੇ ਕਰੀਬ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਬਲਰਾਜ ਸਿੰਘ, ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ, ਜ਼ਿਲ੍ਹਾ ਬਰਨਾਲਾ ਤੋਂ ਆਪਣੀ ਜਾਣਕਾਰ ਰਾਹੀਂ ਬਠਿੰਡਾ ਤੋਂ ਮਲੋਟ ਵੱਲ ਜਾ ਰਿਹਾ ਸੀ ਕਿ ਅਚਾਨਕ ਜਦੋਂ ਉਹ ਪਿੰਡ ਦੋਲਾ ਦੀ ਸਰਕਾਰੀ ਨਰਸਰੀ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਲੱਗੇ ਇੱਕ ਦਰਖਤ ਵਿੱਚ ਜਾ ਵੱਜੀ। ਵਾਪਰੀ ਇਸ ਘਟਨਾ ਵਿੱਚ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ 108 ਨੰਬਰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇ ਕਿ ਵਾਪਰੀ ਇਸ ਘਟਨਾ ਵਿੱਚ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਗਿੱਦੜਬਾਹਾ ਦੇ ਡਿਊਟੀ ਨਿਭਾਰੇ ਡਾਕਟਰ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਕਰੀਬ 2:30 ਵਜੇ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਲਿਆਉਂਦਾ ਗਿਆ ਸੀ, ਪਰ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ। ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਲਗਭਗ 2 ਵਜੇ ਤੋਂ ਬਾਅਦ 2:15 ਦੇ ਕਰੀਬ ਸਾਡੇ ਕੋਲ ਇੱਕ 108 ਜਿਹੜੀ ਐਂਬੂਲੈਂਸ ਆ ਉਹ ਇੱਕ ਡੈੱਡ ਬੋਡੀ ਲੈ ਕੇ ਆਈ ਆ, ਅਤੇ ਉਹਨੇ ਦੱਸਣ ਮੁਤਾਬਕ ਜਿਹੜਾ ਇਹ ਰੋਡ ਸਾਈਡ ਐਕਸੀਡੈਂਟ ਦਾ ਜਿਹੜਾ ਮਸਲਾ ਹੈਗਾ, ਅਤੇ ਗਿੱਦੜਬਾਹਾ ਬਠਿੰਡਾ ਰੋਡ ਦੇ ਉੱਪਰ ਜਿਹੜਾ ਐਕਸੀਡੈਂਟ ਹੋਇਆ, ਅਤੇ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਡੈੱਡ ਬੋਡੀ ਆ ਮੋਰਚਰੀ 'ਚ ਸ਼ਿਫਟ ਕਰਾ ਕੇ ਅਸੀਂ ਪੁਲਿਸ ਇਨਫੋਰਮੇਸ਼ਨ ਆਪਣੇ ਵੱਲੋਂ ਭੇਜ ਦਿੱਤੀ ਗਈ। ਸਰ ਕੋਈ ਪਹਿਚਾਣ ਵਗੈਰਾ ਜਿਹੜੀ ਉਹਦੀ ਹੋ ਸਕੀ? ਫਿਲਹਾਲ ਅਜੇ ਉਹਦੇ ਮਤਲਬ ਕੋਈ ਵਾਰਸ ਉਹਨਾਂ ਨਾਲ ਕੰਟੈਕਟ ਤਾਂ ਹੋਇਆ ਫੋਨ 'ਤੇ, ਪਰ ਫਿਲਹਾਲ ਸਾਡੇ ਕੋਲ ਪਹੁੰਚੇ ਨਹੀਂ ਹੈ। ਉਸ ਤੋਂ ਬਾਅਦ ਉਹਦੀ ਪਛਾਣ ਬਾਰੇ ਕੁਛ ਦੱਸਿਆ ਜਾ ਸਕਦਾ। ਬਰੋ ਡੈਡੀ ਆਇਆ ਸੀ ਜੀ? ਹਾਂਜੀ ਹਾਂਜੀ, ਸਾਡੇ ਕੋਲ ਮਤਲਬ ਜਿਹੜਾ ਆਇਆ ਸੀ ਉਸ ਤੋਂ ਪਹਿਲਾਂ ਬਰੋ ਡੈਡ ਸੀ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ 'ਤੇ ਵੀ। ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।